ਹੁਣੇ ਹੁਣੇ ਇੱਕ ਬ੍ਰੇਕਿੰਗ ਨਿਊਜ਼ ਹੈ ਕਿ ਅੱਜ ਸ਼ੁੱਕਰਵਾਰ ਨੂੰ ਇੱਕ ਇੰਡੀਅਨ ਏਅਰਫੋਰਸ ਦਾ ਜੋ ਮਿਗ 29 ਅਪਗ੍ਰੇਡਡ ਜਹਾਜ਼ ਹੈ ਉਹ ਕ੍ਰੈਸ਼ ਹੋ ਗਿਆ ਹੈ। ਉਸ ਵੇਲੇ ਇਹ ਘਟਨਾ ਹੋਈ ਹੈ ਜਿਸ ਵੇਲੇ ਕਿ ਉਹ ਨਵਾਂਸ਼ਹਿਰ ਦੇ ਆਸਮਾਨ ਦੇ ਵਿੱਚ ਉੱਡ ਰਿਹਾ ਸੀ। ਵਿਮਾਨ ਜਿਹੜਾ ਹੈ ਇਹ ਜਲੰਧਰ ਦੇ ਆਦਮਪੁਰ ਏਅਰਬੇਸ ਤੋਂ 10:45 ਦੇ ਉੱਤੇ ਉੱਡਿਆ ਸੀ, ਜਿੱਦਾਂ ਹੀ ਜਿਸ ਦੇ ਵਿੱਚ ਕਿ ਇੱਕ ਪਾਇਲਟ ਸਵਾਰ ਸੀ। ਪਾਇਲਟ ਜੋ ਹੈ ਉਸਨੂੰ ਸੁਰੱਖਿਅਤ ਤੌਰ ਦੇ ਉੱਤੇ ਉਸਨੇ ਪੈਰਾਸ਼ੂਟ ਦੇ ਨਾਲ ਉਹ ਉਤਰ ਗਿਆ ਹੈ। ਔਰ ਜਿਸ ਵੇਲੇ ਉਸਨੇ ਦੇਖਿਆ ਕਿ ਵਿਮਾਨ ਜਿਹੜਾ ਹੈ ਉਸ ਦੇ ਵਿੱਚ ਥੋੜ੍ਹੀ ਜਿਹੀ ਅੱਗ ਪੈ ਗਈ ਹੈ, ਤਾਂ ਉਸਨੇ ਬਹੁਤ ਹੀ ਸੂਝ ਦੇ ਨਾਲ ਉਸਨੂੰ ਖੇਤਾਂ ਵੱਲ ਮੁੜ ਲਿਆ। ਔਰ ਉਸਨੂੰ ਵਿੰਗ ਕਮਾਂਡਰ ਜੋ ਹੈ, ਬਹੁਤ ਹੀ ਸੀਨੀਅਰ ਵਿੰਗ ਕਮਾਂਡਰ ਹੈ ਜਿਹੜੇ ਕਿ ਉਡਾ ਰਹੇ ਸੀਗੇ, ਉਹਦੇ ਵਿੱਚ ਅੱਗ ਲੱਗ ਗਈ। ਲੇਕਿਨ ਵਿੰਗ ਕਮਾਂਡਰ ਦੀ ਬਹੁਤ ਹੀ ਇੱਥੇ ਇੱਕ ਸਿਆਣਪ ਅਸੀਂ ਕਹਿ ਸਕਦੇ ਹਾਂ ਕਿ ਉਸਨੇ ਬਹੁਤ ਹੀ ਸਿਆਣਪ ਦੇ ਨਾਲ ਕੰਮ ਲਿਆ ਹੈ ਔਰ ਉਸਨੇ ਇਸ ਨੂੰ ਆਬਾਦੀ ਦੀ ਬਜਾਏ ਖਾਲੀ ਇਲਾਕੇ ਦੇ ਵਿੱਚ ਮੋੜ ਦਿੱਤਾ ਹੈ। ਔਰ ਬੇਸ਼ੱਕ ਉੱਥੇ ਖੇਤਾਂ ਦੇ ਵਿੱਚ ਥੋੜ੍ਹੀ ਜਿਹੀ ਅੱਗ ਲੱਗ ਗਈ ਸੀ, ਜਿਸ ਨੂੰ ਕਿ ਬਾਅਦ ਦੇ ਵਿੱਚ ਕੰਟਰੋਲ ਦੇ ਵਿੱਚ ਕਰ ਲਿਆ ਗਿਆ। ਉਸ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਖੇਤਾਂ ਦੇ ਵਿੱਚ ਕਈ ਘਰ ਵੀ ਸੀ, ਲੇਕਿਨ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ। ਨਾੜ ਦੀ ਅੱਗ ਦੇ ਉੱਤੇ ਕਾਬੂ ਵੀ ਪਾ ਲਿਆ ਗਿਆ ਹੈ। ਇਹ ਇਸੇ ਦੇ ਵਿੱਚ ਇਸ ਦੇ ਚੱਲਦੇ ਚੱਲਦੇ ਹੀ ਜੋ ਏਅਰਫੋਰਸ ਦਾ ਹੈਲੀਕਾਪਟਰ ਹੈ ਇੱਕ, ਉਹ ਉਸ ਜਿਹੜਾ ਕਿ ਪਾਇਲਟ ਸੀਗਾ ਉਸ ਨੂੰ ਲੈ ਕੇ ਵਾਪਸ ਬਿਲਕੁਲ ਠੀਕ ਠਾਕ ਪਹੁੰਚ ਗਿਆ ਹੈ, ਆਦਮਪੁਰ ਪਹੁੰਚ ਗਿਆ ਹੈ। ਸੋ ਬਹੁਤ ਹੀ ਪਿਛਲੇ ਦਿਨਾਂ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੀ ਹੁਸ਼ਿਆਰਪੁਰ ਦੇ ਵਿੱਚ ਵੀ ਘਟਨਾ ਹੋਈ ਸੀ। ਸੋ ਬਹੁਤ ਹੀ ਇਹ ਖਾਸ ਅੱਜ ਦੀ ਜੋ ਹੈ ਅਸੀਂ ਤੁਹਾਨੂੰ ਬਿਲਕੁਲ ਵੀਡੀਓ ਨਾਲੋਂ ਨਾਲ ਬਿਲਕੁਲ ਦਿਖਾ ਰਹੇ ਹਾਂ, ਕਿਉਂਕਿ ਇਹ ਇਸ ਵੇਲੇ ਨਵਾਂ ਸ਼ਹਿਰ ਦੇ ਵਿੱਚ ਇਹ ਵਿਮਾਨ ਜੋ ਹੈ ਉਹ ਦੁਰਘਟਨਾ ਹੋਈ ਹੈ। ਇਸ ਦੀ ਚੂੜਪੁਰ ਪਿੰਡ ਦਾ ਪਤਾ ਲੱਗਾ ਹੈ ਕਿ ਚੂੜਪੁਰ ਪਿੰਡ ਸੀਗਾ ਨਵਾਂ ਸ਼ਹਿਰ ਦੇ ਵਿੱਚ, ਉਸ ਦੇ ਵਿੱਚ ਖੇਤਾਂ ਦੇ ਵਿੱਚ ਇਹ ਸਾਰਾ ਕੁਛ ਹੋਇਆ ਹੈ। ਸੋ ਅਸੀਂ ਦੁਆ ਕਰਦੇ ਹਾਂ ਕਿ ਜੋ ਪਾਇਲਟ ਹੈ ਉਹ ਬਿਲਕੁਲ ਬਚ ਗਿਆ ਹੈ, ਕਿਉਂਕਿ ਮਸ਼ੀਨਰੀ ਜਿਹੜੀ ਹੈ ਉਹ ਤਾਂ ਦੁਬਾਰਾ ਵੀ ਖਰੀਦੀ ਜਾ ਸਕਦੀ ਹੈ, ਲੇਕਿਨ ਜੋ ਪਾਇਲਟ ਹੈ ਉਹ ਬਿਲਕੁਲ ਠੀਕ ਠਾਕ ਬਚ ਗਿਆ ਹੈ। ਸੋ ਇਹ ਤੁਸੀਂ ਦੇਖ ਰਹੇ ਸੀ ਪੰਜਾਬ ਨਿਊਜ਼ ਚੈਨਲ ਦੀ ਵਿਸ਼ੇਸ਼ ਰਿਪੋਰਟ।